ਅਸੀਂ ਦਰਖਾਸਤ ਦੇਣ ਗਏ ਸੀ ਜੀ ਸਾਨੂੰ ਦਰਖਾਸਤ ਅਸੀਂ ਦੋਨੋਂ ਜਣੇ ਮਰਨ ਜਾ ਰਹੇ ਸੀ ਜੀ ਉਸ ਤੋਂ ਬਾਅਦ ਸਾਨੂੰ ਰਸਤੇ 'ਚ ਬੱਚੀ ਮਿਲੀ ਜੀ ਅਸੀਂ ਉਹਨੂੰ ਮੋਟਰਸਾਈਕਲ ਤੇ ਬਿਠਾਇਆ ਘਰੇ ਲੈ ਕੇ ਗਏ ਬੱਚੀ ਬਾਰ ਬਾਰ ਰੋ ਰਹੀ ਸੀ ਸਾਨੂੰ ਕੁਛ ਦੱਸਣ ਦੇ ਹਾਲਤ 'ਚ ਹੈ ਨਹੀਂ ਸੀ ਨਾ ਤਾਂ ਖੜਿਆ ਜਾ ਰਿਹਾ ਸੀ ਨਾ ਬੈਠਿਆ ਜਾ ਰਿਹਾ ਸੀਗਾ ਜੀ ਸਾਨੂੰ ਬੱਚੇ ਨੇ ਜਦੋਂ ਦੱਸਿਆ ਵੀ ਮੰਮੀ ਮੇਰਾ ਮੈਡੀਕਲ ਕਰਾ ਲਓ ਮੈਡੀਕਲ ਕਰਾ ਲਓ ਲੱਡੇ ਪਿੰਡ ਦੇ ਵਿੱਚ ਇੱਕ ਨਾਬਾਲਗ ਕੁੜੀ ਨਾਲ ਰੇਪ ਹੁੰਦਾ ਹੈ ਜਿਸ ਦੀ FIR ਦਰਜ ਕਰਾ ਦਿੱਤੀ ਜਾਂਦੀ ਹੈ ਪਰ ਉਸ ਦੇ ਬਾਵਜੂਦ ਅੱਜ ਜੇ ਗੱਲ ਕਰੀਏ ਸੰਗਰੂਰ ਸ਼ਹਿਰ ਦੇ ਥਾਣੇ ਦੀ ਤਾਂ ਉੱਥੇ ਜੋਗਿੰਦਰ ਸਿੰਘ ਔਰਾਹਾਂ ਵੱਲੋਂ ਅੱਜ ਇੱਕ ਕਿਸਾਨ ਯੂਨੀਅਨ ਵੱਲੋਂ ਧਰਨਾ ਲਗਾਇਆ ਗਿਆ ਹੈ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਭਾਰੀ ਮਾਤਰਾ ਦੇ ਵਿੱਚ ਕਿਸਾਨ ਅਤੇ ਪਿੰਡ ਦੇ ਲੋਕ ਉਹਨਾਂ ਦਾ ਸਾਥ ਦੇ ਰਹੇ ਨੇ ਅਤੇ ਨਾਲ ਸਾਡੇ ਨਾਲ ਉਹਨਾਂ ਦੇ ਫੈਮਿਲੀ ਮੈਂਬਰ ਨੇ ਅਸੀਂ ਗੱਲ ਕਰਦੇ ਹਾਂ ਹਾਂਜੀ ਕੀ ਨਾਮ ਜੀ ਹਰਵਿੰਦਰ ਕੌਰ ਹੈ ਜੀ ਰਵਿੰਦਰ ਕੌਰ ਜੀ ਇਹ ਕਦੋਂ ਦੀ ਘਟਨਾ ਸੀ ਅਤੇ ਕੀ ਇਹ 28 ਤਰੀਕ ਦੀ ਘਟਨਾ ਜੀ ਅੱਛਾ ਜੀ ਅਤੇ ਬੱਚੀ ਸਕੂਲ ਅਸੀਂ ਰੋਜ਼ ਵਾਂਗੂ ਅੱਡੇ 'ਤੇ ਛੱਡ ਕੇ ਆਉਂਦੇ ਸੀਗੇ ਜੀ ਅਤੇ ਅੱਡੇ ਤੋਂ ਬਾਅਦ ਜਦੋਂ ਬੱਸ ਸਟੈਂਡ 'ਤੇ ਫਿਰ ਉਤਰੀ ਆਈ ਸੰਗਰੂਰ ਜੀ ਸੰਗਰੂਰ ਗਰਲ ਸਕੂਲ 'ਚ ਪੜ੍ਹਦੀ ਸੀ ਜੀ ਬੱਚੀ ਅੱਛਾ ਜੀ ਅਤੇ ਮਾਸਟਰ ਜੀ ਲੱਡੇ ਦਾ ਸੀਗਾ ਜੀ ਪਿੰਡ 'ਚ ਮਤਲਬ ਕਿ ਵੀ ਪੜ੍ਹਾਉਂਦਾ ਸੀਗਾ ਜੀ ਅਤੇ ਉਦੋਂ ਬਾਅਦ ਜੀ ਗੁੜੀਆ ਨੂੰ ਫਸਲਾ ਫਸਲਾ ਕੇ ਜੀ ਗੱਡੀ 'ਚ ਬਿਠਾ ਕੇ ਲੈ ਗਿਆ ਜੀ ਅਤੇ ਉਸ ਨਾਲ ਖੇਤ ਲਿਜਾ ਕੇ ਆਪਦੇ ਕੋਠੇ ਕਾਠੇ 'ਚ ਜਬਰ ਜਨਾਰ ਕੀਤੀ ਹੈ ਜੀ ਉਸ ਨਾਲ ਜੀ ਅਤੇ ਬੱਚੀ ਦੀ ਬੁਰੀ ਹਾਲਤ ਕਰਤੀ ਜੀ ਸਾਨੂੰ ਸਕੂਲ ਦੇ ਵਿੱਚੋਂ ਫੋਨ ਆਇਆ ਜੀ ਬੱਚੀ ਦਾ ਮਤਲਬ ਕਿ ਉਸ ਟੀਚਰ ਦਾ ਜੀ ਅੱਜ ਤੁਹਾਡਾ ਬੱਚਾ ਸਕੂਲ ਪਹੁੰਚਿਆ ਨਹੀਂ ਅਸੀਂ ਆਖਿਆ ਵੀ ਅਸੀਂ ਤਾਂ ਰੋਜ਼ ਵਾਂਗੂ ਜਦੋਂ ਵੀ ਅਸੀਂ ਸਕੂਲ 'ਚ ਸੰਪਰਕ ਰੱਖਿਆ ਹੋਇਆ ਸੀਗਾ ਜੀ ਬੱਚੀ ਦਾ ਵੀ ਜਦੋਂ ਵੀ ਅਸੀਂ ਸਕੂਲ 'ਚ ਬੱਚੀ ਨੂੰ ਤੋਰਾਂਗੇ ਨਹੀਂ ਅਤੇ ਉਦੋਂ ਬਾਅਦ ਤੁਹਾਨੂੰ ਅਸੀਂ ਫੋਨ ਕਰਾਂਗੇ ਜੀ ਅਤੇ ਉਸ ਦਿਨ ਉਹ ਕਹਿੰਦੇ ਵੀ ਤੁਸੀਂ ਬੱਚੀ ਨੂੰ ਸਕੂਲ ਤੋਰਿਆ ਸੀਗਾ ਜੀ ਅਸੀਂ ਆਖਿਆ ਵੀ ਤੋਰਿਆ ਵੀ ਸਕੂਲ ਅਤੇ ਵੀ ਗੁੱਡੀ ਕਹਿੰਦੇ ਤੁਹਾਡੇ ਸਕੂਲ 'ਚ ਆਈ ਨਹੀਂ ਜੀ ਸਾਡੇ 'ਚ ਅਤੇ ਜਦੋਂ ਪਹੁੰਚੀ ਨਹੀਂ ਜੀ ਅਸੀਂ ਉਸੇ ਟਾਈਮ ਮੋਟਰਸਾਈਕਲ ਚੱਕਿਆ ਜੀ ਅਸੀਂ ਮਤਲਬ ਕਿ ਉੱਥੇ ਗਏ ਜੀ ਅੱਡੇ ਉੱਡੇ 'ਤੇ ਸਾਰੇ ਕਿਤੇ ਗੁੜੀਆ ਨੂੰ ਦੇਖਿਆ ਜੀ ਉਦੋਂ ਬਾਅਦ ਅਸੀਂ ਸਕੂਲ 'ਚ ਗਏ ਜੀ ਸਕੂਲ 'ਚ ਜਦੋਂ ਪਹੁੰਚੇ ਜੀ ਉੱਥੇ ਸਾਨੂੰ ਮਤਲਬ ਕਿ ਥੋੜ੍ਹਾ ਜਿਹਾ ਥਰੂ ਪਤਾ ਲੱਗਿਆ ਜੀ ਗੱਲ ਦਾ ਵੀ ਮਤਲਬ ਕਿ ਇਸ ਨਾਮ ਦਾ ਮਾਸਟਰ ਸੀਗਾ ਅਤੇ ਕੀ ਨਾਮ ਸੀ ਮਾਸਟਰ ਜਗਰਾਜ ਮਾਸਟਰ ਸੀ ਜੀ ਲੱਡੇ ਪਿੰਡ ਪੜ੍ਹਾਉਂਦਾ ਸੀਗਾ ਜੀ ਗੁੜੀ ਦੋ ਤਿੰਨ ਕਲਾਸਾਂ ਉੱਥੇ ਕਰਕੇ ਆਈ ਸੀ ਜੀ ਪਹਿਲਾਂ ਅਤੇ ਇਹੋ ਜਿਹੀ ਕੋਈ ਗੱਲ ਨਹੀਂ ਸੀ ਸਾਡੀ ਤਾਂ ਕਦੇ ਵੀ ਸਾਡੀ ਗੁੜੀਆ ਨੇ ਸਾਨੂੰ ਇਹੋ ਜਿਹੀ ਕੋਈ ਉਹ ਨਹੀਂ ਦੱਸੀ ਸੀ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸੀ ਬੱਚੇ ਮਤਲਬ ਕਿ ਸਾਡੀ ਗੁੜੀਆ ਹਜੇ 3 ਮਹੀਨੇ ਹੋਏ ਸੀ 17 ਸਾਲ ਦੀ ਹੋਈ ਹੈ ਜੀ ਗੁੜੀਆ ਸਾਡੀ ਅਤੇ ਉਸ ਤੋਂ ਬਾਅਦ ਹੀ ਜਦੋਂ ਸਾਨੂੰ ਪਤਾ ਲੱਗਿਆ ਜੀ ਅਸੀਂ ਸਕੂਲ 'ਚ ਪਹੁੰਚੇ ਸਕੂਲ 'ਚ ਸਾਨੂੰ ਪਤਾ ਲੱਗਿਆ ਜੀ ਉਸ ਤੋਂ ਬਾਅਦ ਅਸੀਂ ਉਹ ਸਕੂਲ 'ਚ ਪਹੁੰਚੇ ਜੀ ਲੱਡੇ ਅਸੀਂ ਜਦੋਂ ਸਕੂਲ 'ਚ ਪਹੁੰਚੇ ਸਾਨੂੰ ਅਸੀਂ ਮੈਡਮ ਨੂੰ ਪੁੱਛਿਆ ਵੀ ਇਸ ਨਾਂ ਦਾ ਮਾਸਟਰ ਹੈਗਾ ਉਹ ਕਹਿੰਦੇ ਹਾਂਜੀ ਹੈਗਾ ਜੀ ਅਤੇ ਅਸੀਂ ਆਖਿਆ ਗੱਲ ਕਰਾਓ ਉਹ ਕਹਿੰਦੇ ਛੁੱਟੀ 'ਤੇ ਆ ਜਦੋਂ ਛੁੱਟੀ 'ਤੇ ਜਦੋਂ ਸਾਨੂੰ ਕਿਹਾ ਸੀਗੇ ਮਾਸਟਰ ਦੀ ਵੀ ਮਤਲਬ ਕਿ ਸਾਨੂੰ ਫੋਨ ਨੰਬਰ ਦਿਓ ਕਹਿੰਦੇ ਅਸੀਂ ਦਿੰਦੇ ਨਹੀਂ ਗੇ ਫੋਨ ਨੰਬਰ ਨਹੀਂ ਦੇ ਸਕਦੇ ਅਸੀਂ ਆਖਿਆ ਵੀ ਅਸੀਂ ਤੁਹਾਡਾ ਵੀ ਨਾਮ ਵਿੱਚ ਧਰਾਂਗੇ ਜੀ ਫਿਰ ਉਹਨਾਂ ਨੇ ਸਾਨੂੰ ਜੀ ਮਤਲਬ ਕਿ ਉਹਦਾ ਉਹਦੇ ਆਪਦੇ ਫੋਨ 'ਤੇ ਲਾ ਕੇ ਸਾਡੀ ਉਹਦੇ ਮਾਸਟਰ ਨਾਲ ਗੱਲ ਕਰਾਈ ਜਦੋਂ ਮਾਸਟਰ ਨੇ ਸਾਡੇ ਨਾਲ ਗੱਲ ਕੀਤੀ ਅਸੀਂ ਕਿਹਾ ਵੀ ਸਾਡੀ ਗੁੜੀਆ ਨੂੰ ਛੱਡ ਦਿਓ ਵੀ ਜਿੱਥੇ ਵੀ ਹੈਗਾ ਸਾਨੂੰ ਪਤਾ ਲੱਗ ਚੁੱਕਿਆ ਤੇਰੇ ਬਾਰੇ ਉਹ ਕਹਿੰਦੇ ਤੁਸੀਂ ਤੁਹਾਡੀ ਬੱਚੀ ਨੂੰ ਆ ਕੇ ਆਊਗੀ ਤੁਹਾਡੀ ਬੱਚੀ ਨੂੰ ਪੁੱਛ ਲਓ ਵੀ ਜੇ ਤੁਹਾਡੀ ਬੱਚੀ ਨੂੰ ਮੈਂ ਕੁਛ ਕਿਹਾ ਵੀ ਹੋਵੇ ਅਸੀਂ ਆਖਿਆ ਵੀ ਅਸੀਂ ਸਭ ਕੁਛ ਕਰਾਵਾਂਗੇ ਬੱਚੀ ਦਾ ਅਸੀਂ ਸਾਰਾ ਕੁਛ ਪੁੱਛਾਂਗੇ ਬੱਚੀ ਨੂੰ ਮੈਡੀਕਲ ਵੀ ਕਰਾਵਾਂਗੇ ਅਸੀਂ ਥਾਣੇ ਵੀ ਰਿਪੋਰਟ ਕਰਾਂਗੇ ਉਹ ਕਹਿੰਦੇ ਤੁਹਾਡੀ ਬੱਚੀ ਨੂੰ ਸਾਡੀ ਬੱਚੀ ਘਰੇ ਸਾਨੂੰ ਰਸਤੇ 'ਚ ਆਉਂਦੀ ਮਿਲੀ ਅਸੀਂ ਦਰਖਾਸਤ ਦੇਣ ਗਏ ਸੀ ਜੀ ਸਾਨੂੰ ਦਰਖਾਸਤ ਅਸੀਂ ਦੋਨੋਂ ਜਣੇ ਮਰਨ ਜਾ ਰਹੇ ਸੀ ਜੀ ਉਸ ਤੋਂ ਬਾਅਦ ਸਾਨੂੰ ਰਸਤੇ 'ਚ ਬੱਚੀ ਮਿਲੀ ਜੀ ਅਸੀਂ ਉਹਨੂੰ ਮੋਟਰਸਾਈਕਲ 'ਤੇ ਬਿਠਾਇਆ ਘਰੇ ਲੈ ਕੇ ਗਏ ਬੱਚੀ ਬਾਰ ਬਾਰ ਰੋ ਰਹੀ ਸੀ ਸਾਨੂੰ ਕੁਛ ਦੱਸਣ ਦੇ ਹਾਲਤ 'ਚ ਹੈ ਨਹੀਂ ਸੀਗੀ ਨਾ ਤਾਂ ਖੜਿਆ ਜਾ ਰਿਹਾ ਸੀ ਨਾ ਬੈਠਿਆ ਜਾ ਰਿਹਾ ਸੀਗਾ ਜੀ ਸਾਨੂੰ ਬੱਚੇ ਨੇ ਜਦੋਂ ਦੱਸਿਆ ਵੀ ਮੰਮੀ ਮੇਰਾ ਮੈਡੀਕਲ ਕਰਾ ਲਓ ਮੈਡੀਕਲ ਕਰਾ ਲਓ ਉਹ ਕਹਿੰਦਾ ਵੀ ਮੇਰੇ ਹੱਥ 'ਚ ਜੱਜ ਥਾਣੇਦਾਰ ਸਾਰਾ ਕੁਛ ਮੇਰੇ ਹੱਥ 'ਚ ਹੈ ਤੁਸੀਂ ਮੇਰਾ ਕੁਛ ਵਿਗਾੜ ਨਹੀਂ ਸਕਦੇ ਗੇ ਮੈਂ ਕਿਹਾ ਪੁੱਤ ਤੈਨੂੰ ਡਰਨ ਦੀ ਲੋੜ ਨਹੀਂ ਅਸੀਂ ਤੇਰਾ ਸਾਥ ਪੂਰਾ ਦੇਵਾਂਗੇ ਕਹਿੰਦੇ ਕਹਿੰਦਾ ਗਾ ਤੈਨੂੰ ਮੈਂ ਵੀ ਕੁੱਟੂੰਗਾ ਤੈਨੂੰ ਤੇਰੇ ਮੰਮੀ ਪਾਪਾ ਵੀ ਕੁੱਟਣਗੇ ਜੇ ਤੂੰ ਦੱਸਿਆ ਕਿਸੇ ਨੂੰ ਉਸ ਤੋਂ ਬਾਅਦ ਬੱਚੀ ਦਾ ਸਿਰ 'ਤੇ ਮਾਰਿਆ ਮੂਰਿਆ ਹੋਊਗਾ ਜੀ ਸੱਟਾਂ ਕੁੱਟ ਕਾਟ ਕੀਤੀ ਉਹਦਾ ਫੋਨ ਵੀ ਭੰਨਿਆ ਜੀ ਗੁੱਡੀ ਦਾ ਉਸ ਤੋਂ ਬਾਅਦ ਅਸੀਂ ਬੱਚੀ ਨੂੰ ਦਵਾਈ ਬੂਟੀ ਦਵਾਈ ਜੀ ਨਾ ਆਰਾਮ ਆਏ ਅਸੀਂ ਹਸਪਤਾਲ 'ਚ ਦਾਖਲ ਕਰੀ ਜੀ ਧੂਰੀ ਦਾਖਲ ਕਰਨ ਤੋਂ ਬਾਅਦ ਅਸੀਂ ਥਾਣੇ ਰਿਪੋਰਟ ਕੀਤੀ ਜੀ ਰਿਪੋਰਟ ਕਰਨ ਤੋਂ ਬਾਅਦ ਜੀ ਹੁਣ ਤੁਹਾਡੇ ਸਾਹਮਣੇ 3 ਤਰੀਕ ਦਾ ਕੇਸ ਲੱਗਿਆ ਹੋਇਆ ਜੀ ਦੁਬਾਰੇ 3 ਤਰੀਕ ਵੀ ਮੁੜ ਕੇ ਆ ਗਈ 5 ਦਿਨ ਉੱਪਰ ਲੰਘੇ ਆਪਣੀ ਨੂੰ ਇਸ ਤੋਂ ਬਾਅਦ ਜੀ ਸਾਨੂੰ ਘਰੇ ਫੋਨ
आउंदे ने सानू लोग आके कहंदे ने भी तुसी ऐ करो समझौता कर लो 20 लाख ले लो 25 लाख ले लो 15 लाख ले लो समझौता कर लो पर उन्हों असी ठाणे नहीं पेश कर सकते जी। और सूखदार बंदा मतलब कि अपनी पावर दिखाने की कोशिश। हाँ जी जमा पावर दिखाता जी जमा दिखाता ओदा परिवार ओदा साथ दे रहा है पूरा साथ दे रहा है राजी बंदा कर लो पिछले बस अं कहने सर भी इंसाफ मिलना चाहिए सानू जी बस वो कहना मेरी जेब चा सारा कुछ तुसी कुछ नहीं कर सकते जी। बच्ची उन्हें इन्नी डरा रखी बच्ची रात भी 2 बजे 1 बजे उठ के रोंदी है मतलब जो कोई गेट खड़कता है बच्ची भजदी है बाहर भी कोई आ गया मैनू मारन वो मारन का डरा वे बच्ची बिठा रखे उन्हें थले जी नीचे और कहना तुम मेरा कुछ नहीं कर सकते इसी करके ही जथेबंदी का साथ दिता गरीब बंद जी भी सानू इंसाफ दवाओ बस इंसाफ एफ आई आर दर्ज हो चुकी है। हाँ जी एफ आई आर दर्ज होगी सारा कुछ 3 तरीक न हो जाएगी 11वें महीने दिन। अच्छा जी। हाँ जी तकरीबन 3 तरीक 11वें महीने की एफ आई आर दर्ज हो चुकी है पर एक बदकिस्मती है एक माँ तो एक प्यो की कि उसकी बच्चे हजे तक इंसाफ नहीं मिल सकता। साडे नाल किसान यूनियन अग्राह के मैंबर ने उन्होंने गल कर रहे हैं। हाँ जी भाजी यह एक किड्डा धक्का हो रहा एक माँ प्यो ना कि बच्चे इंसाफ नहीं मिल रहा। हाँ जी बहुत वड्डा धक्का असी ब्लाक टीम धूरी कई गेड़े कढ चुके हैं 3 दस दी इत्थे एफ आर आई दर्ज आ सिटी थाने दे विच ते सानू थानेदार कहिंदे एक हफ्ता खड़ जाओ जी प्रधान जी ते 5 दिन रुक जाओ ते ऐं करदे कराउंदे। असी पिछले सोमवार थानेदार साहब नूं कहता भी एक हफ्ता उन्हें आप ही कहता सी कि चंगा जी मैनूं एक हफ्ता दे दो ते असी कहता सी भी अज सोमवार अगले सोमवार मंगलवार नूं असी होवांगे फिर भी असी 2-3 दिन असी होर भी आपदे छड्डे जथेबंदियां रझेवें ने उहदे करके असा उह होई आ ते पर हुण जिहड़ा असी आह पक्का मोर्चा लाया असी परिवार दे नाल खड़े आ। एक उह बेटी मनवीर कौर स्कूली विद्यार्थना 11वीं क्लास दे विच पढ़दी आ एक मास्टर दा जिहड़ा रिश्ता हुंदा गा बहुत वड्डा हुंदा गा आपां कह दिंदे आ वी साडा बच्चा आह गेमां दे विच वल आ रिहा जां होर फैसटिवल ने मुकाबले ने आपां बिना कोई छाणबीण दिमाग तो आपां उह दिमाग खर्चे आपां कह दिंदे आ कोई गल नहीं जे तुहाडे टीचर नाल ने आपां अक्सर कही दिंदे आ वी बेटा जे तुहाडे टीचर नाल ने तां चले जाओ ते एक माता पिता दे समान रुतबा हुंदा बहुत वड्डा दर्जा हुंदा गा टीचर दा जे वह टीचर बाड़ खेत नूं खाण लग जे तां फिर होर की रह गया। अज आह परिवार की बाड़ खेत नूं खा गई असी भारतीय किसान यूनियन एकता ग्राह नाल खड़े हाँ जिन्ना चिर उस दोषी नूं जेल दियां सिक्खां पिछे नहीं हुंदे उन्ना चिर असीं इह मोर्चा बंद नहीं करदे ते पुलिस प्रशासन भी सवेरे कहिंदा सीगा भी मैं नवां आया जी मैनूं सानूं भी टाइम दे दो असीं कहा भी हुण उह सीमा खत्म हो गई टाइम तो मैं धरना जां तुहाडा घरावा किस तरह प्रोग्राम है जी इह हजे असीं सातमई बैठांगे ते इह जिहड़ा पक्का मोर्चा चलूगा ते देखदे आं प्रशासन दा रवैया किहो जिहा जिहो जिहा रवैया होगा उस दे हिसाब नाल इधरों तब्दीली आउंदी जाऊगी सारा कुछ ही होगा। इह सन किसान यूनियन ग्राहां दे मैंबर जिन्हां दा आखना है कि जिहड़ा इह हजे धरना है एक शांतमई है जे सानू किते घरों करना पिया तां सानू असीं उह वी करांगे। तुहानू एक बार उस थाने दी तस्वीर विखा दिंदे आ कि जिथे कि इह धरना शुरू किया गया है ते इन्हां दा आखना है कि जिन्नी देर तक परिवार नूं इंसाफ नहीं मिलेगा यह धरना इस तरह जारी रहेगा। गल करदे हां थाने दे SHO साहब नाल कि की कहना उन्हां दा कि क्यों नहीं हजे तक गिरफ्तारी हो चुकी। एक महीना पहला एक एफ आई आर दर्ज हुई थी 237 नंबर अंडर सैक्शन 376 506 IPC ते 6 पॉस्को एक्ट ये ना जो दोषी हैगा जगराज सिंह तो यदि अरैसट हाले पेंडिंग हैगी तो साड़ी जी पुलिस पार्टी वालों है जो लगातार रेडा की जा रही ने गिया तो साड़ी टीम बनाई हुई ने गिया तो वो अरैसट के रिगार्डिंग ही इन्होंने धरना लगाया गया तो साढ़े को पूरा इन्हों आश्वासन दवाया गया है कि असं इन जल्द ही जोड़ा है दोषी गिरफ्तार कर लगे मैं देख रहा मामला बड़ा जी 17 साल के बच्चे तो 1 महीना 5 दिन हो चुके हैं पुलिस के ऊपर इल्जाम लग रहे हैं भी उन्होंने सही कार्रवाई नहीं कर रहे गिरफ्तारी ना करने का की कारण है। नहीं जी इस तरह की कोई गल नहीं हैगी साढ़े वालों जी है तफ्तीश मुकम्मल तकरीबन कर चुकी लगी है तो कल अरैसट ही पेंडिंग हैगी वह भी असं जल्द कर लेंगे। धरनाकारी ने कहते पक्का मोर्चा ला के बह गए कोई बड़े अधिकारियों को सूचित किया किसी ने गलबात की धरनाकारी ने। हाँ जी हाँ असं अपने जो सीनियर अफसर ने उन्होंने ध्यान में लिया सारी इंस्पेक्टर साहब इस संबंधी कोई इनकुआरी चल रही है जी SPH साहब को अरैसट स्टे हुई नहीं अरैसट स्टे कोई नहीं हुई हैगी ठीक है ना तो अरैसट असं जो है लगातार साड़ी है पार्टी है मशीन है उन्होंने दी गई है जी।
एस एच ओ संगरूर दे जिन्हां दा आखना है कि जिहड़ी पुलिस पार्टी है वह रोज़ रेड़ा मार रही है पर जिहड़ा मुजरम है वह साडे हजे हत्थे नहीं चढ़िया। पर जिहड़ी दूजे पासे वड्डी गल कीती जावे तां एक मां प्यो नूं 2 महीने हो गए तकरीबन एक इंसाफ की मंग करते, हुण वेखना होवेगा इन्हां नूं प्रशासन कदों इंसाफ दिंदा है। संगरूर तो रवि शर्मा, जगबाणी टीवी।